ਇਟਲੀ ਗਏ ਹੋਣੇ ਹਨਾ ਹੁਣੇ ਮੈਂ ਪੁਜੀ ਨੂੰ ਫੋਨ ਕਰ ਘਰ ਆਇਆ ਮੈਂ ਤੇਰੇ ਲੱਗ ਗਿਆ ਜਾ ਮਿਲ ਕਹਿੰਦੀ ਨਹੀਂ ਦੂਰ ਆ ਤੇ ਅੱਜ ਆਨੰਦ ਇੰਨੀ ਗਰਮੀ ਤਾਂ ਆਨੰਦ ਕਹਿੰਦੀ ਮੈਨੂੰ ਫਿਲਮ ਖਾ ਕੇ ਲਿਆਓ ਅੱਜ ਗਰਮੀ ਦੇ ਵਿੱਚ ਗੱਡੀ ਚ ਵੀ ਚੱਲ ਏਸੀ ਘਰੇ ਵੀ ਏਸੀ ਪਰ ਜਿਹੜਾ ਥੋੜਾ ਬਹੁਤਾ ਤੇ ਗਰਮੀ ਲੱਗਣੀ ਓਨਾ ਹੀ ਬਸ ਬਹੁਤ ਗਰਮੀ ਲੱਗ ਰਹੀ ਹੈ ਭਾਈ ਦਰਵਾਜਾ ਖੁੱਲਾ ਤੇ ਏਸੀ ਕਰੇ ਆ ਗਏ ਨਾਨੂ ਨੀ ਵੀ ਜਾਪਦੇ ਦਵਾਈ ਲੈ ਕੇ ਅੱਖਾਂ ਉਹਨਾਂ ਨੂੰ ਆ ਗਏ ਚੱਲੀ ਆਨੰਦ ਹੋ ਗਿਆ ਰੈਡੀ ਅਸੀਂ ਤੁਹਾਡੀ ਵੇਟ ਕਰਨ ਦੇ ਹਾਂ ਤੁਸੀਂ ਥੋੜਾ ਲੇਟ ਹੋ ਗਏ ਤੇ ਨਹੀਂ ਨਹੀਂ ਅੱਜ ਫਿਲਮ ਵੇਖਣ ਚੱਲੀ ਮੈਡਮ ਸਾਨੂੰ ਨਾਲ ਗਰਮੀ ਚ ਮਾਰਨ ਲੱਗੀ ਏਸੀ ਗੱਡੀ ਚ ਹੋਣਾ ਵਾ ਗਰਮੀ ਤੇ ਹੈਗੀ ਹੁਣ ਖੁਸ਼ੀ ਫਿਲਮ ਦੀ ਇੰਨੀ ਗਰਮੀ ਦੇ ਵਿਚ ਵੀ ਕੀ ਕੀਤਾ ਗਾਣਾ ਤੂੰ ਬੋਲਿਆ ਗਾਣਾ ਕਿਹੜਾ ਸੀ ਉਹਨਾਂ ਦਾ ਅੱਜ ਉਹਨੂੰ ਦੱਸਣ ਚੱਲੇ ਅਸੀਂ ਵੀ ਤੂੰ ਆਹ ਗਾਣਾ ਜਿਹੜਾ ਸਾਡੀ ਵੀਡੀਓ ਦਾ ਪਾਇਆ ਤੂੰ ਚੁੱਪ ਹੈ ਹਨਾ ਚੱਲ ਗਿਆ ਤੇ ਕੋਈ ਨਹੀਂ ਆਪਾਂ ਉੱਥੇ ਪਾ ਲਾਂਗੇ ਇੰਸਟਾਗ੍ਰਾਮ ਤੇ ਪਾ ਲਾਂਗੇ ਜਿਵੇਂ ਗਿੱਪੀ ਗਰੇਵਾਲ ਅਸੀਂ ਮਿਲ ਕੇ ਜਾਈ ਓਦਾਂ ਨਾ ਜਾਈ ਹੁਣ ਭਰਾ ਮੁੜ ਕੇ ਉੱਥੇ ਜਾ ਕੇ ਫੇਰ ਫੋਨ ਕਰਦਾ ਰਹਿੰਦਾ ਭਾਜੀ ਲੇਟ ਹੋ ਗਏ ਠੀਕ ਆ ਚਲੋ ਮਿਲਦੇ ਜਾ ਕੇ ਫਿਰ ਸੁਣਾ ਤਾਂ ਆ ਗਏ ਆਂਟੀ ਨੇ ਪਹੁੰਚ ਗਏ ਮੂਵਿੰਗ ਹੈ ਨੇ ਜਾ ਕੇ ਵੇਖਦੇ ਹਾਂ ਹੁਣ ਕਿੰਨੇ ਵਜੇ ਦਾ ਸ਼ੋਅ ਆ ਗਰਮੀ ਕਰਕੇ ਕੋਈ ਆਇਆ ਖਾਲੀ ਆ ਸਾਰਾ ਸਹੀ ਗੱਲ ਚੰਗਾ ਸਗੋਂ
ਅੱਜ ਚੱਲ ਜੂਗਾ ਅੱਜ ਲਿਫਟ ਚ ਵੀ ਚੜ ਕੇ ਜਾਣਾ ਦਰਵਾਜੇ ਐਂਟਰ ਕਰੀ ਦਾ ਤੇ ਨਿਕਲੀ ਜਾ ਦਰਵਾਜੇ ਹਾਂ ਦੇਖੀ ਆਪਾਂ ਜਾਣਾ ਪੰਜਵੇਂ ਫਲੋਰ ਤੇ ਆਵੇ ਫਿਫਥ ਫਲੋਰ ਦੇ ਉੱਤੇ ਆਪਾਂ ਥਰਡ ਤੇ ਪਹੁੰਚ ਗਏ ਪਹੁੰਚ ਗਿਆ ਹੁਣ ਆਪਾਂ ਟਿਕਟਾਂ ਲੈ ਰਹੇ ਹਾਂ ਉਹਨਾਂ ਦਾ ਉਹੀ ਵੇਖਣੀ ਜ਼ਰੂਰੀ ਅੱਛਾ ਠੀਕ ਆ ਖਾਲੀ ਖਾਲੀ ਹੋਣੀ ਆ ਦੁਪਹਿਰੇ ਤੇ ਕੋਈ ਨਹੀਂ ਆਉਂਦਾ ਆਨੰਦ ਹੈਗਾ ਪਾਗਲ ਜਿਹੜਾ ਆਇਆ ਹਾਂ ਤੇਰੇ ਵਰਗੇ ਥੋੜ੍ਹਾ ਸਾਰੇ ਇਹਨੀ ਦੁਪਹਿਰ ਦੇ ਵਿੱਚ ਹੈਂ ਪਾਪਾ ਹੁਣ ਟਿਕਟਾਂ ਲੈ ਆਉਂਦੇ ਤੇ ਫਿਰ ਟਿਕਟਾਂ ਲੈ ਕੇ ਆਉਂਦੇ ਉਹਨਾਂ ਚਿਰ ਆਪਾਂ ਕੁਝ ਖਾ ਪੀ ਨੂੰ ਕਹਿੰਦੀ ਸੀਟਾਂ ਸਾਰੀਆਂ ਖਾਲੀ ਮੈਂ ਕਿਹਾ ਤੇਰੇ ਵਾਂਗੂ ਥੋੜ੍ਹਾ ਸਾਰੀ ਗਰਮੀਆਂ 'ਚ ਆਏ ਗਰਮੀ ਦੇ ਵਿੱਚ ਇੰਨੀ 'ਚ ਉਹਨਾਂ ਛੁੱਟੀਆਂ ਦਾ ਫਾਇਦਾ ਲਿਆਂਦਿਆ ਹੈ ਨਾ ਆਨੰਦ ਪਹੁੰਚ ਗਿਆ ਹੁਣ ਅਜੇ ਵੇਟ ਕਰਨਾ ਪੈਣਾ ਅੱਧਾ ਘੰਟਾ ਹੁਣ ਆਨੰਦ ਆਨੰਦ ਹੁਣ ਵੇਟ ਵੀ ਕਰ ਸਕਦਾ ਵਾ ਹੈ ਨਾ ਮੈਂ ਆਨੰਦ ਹੁਣ ਵੇਟ ਵੀ ਕਰ ਸਕਦਾ ਵਾ ਅੱਧਾ ਘੰਟਾ ਬਹਿ ਸਕਦੀ ਇੱਧਰ ਹੋਰ ਕੰਮ ਹੋ ਗਿਆ ਕੀ ਆ ਪੇਮੈਂਟ ਹੋ ਗਈ ਟਿਕਟਾਂ ਮਿਲ ਗਈਆਂ ਨੇ ਕਈ ਹਾਲ ਨੇ ਉਹਨੇ ਉਧਰ ਪੇਮੈਂਟ ਕੀਤੀ ਕਹਿੰਦੀ ਸਰ ਪੇਮੈਂਟ ਉਹਨੂੰ ਕਰ ਦਿੱਤਾ ਗਿਆ ਹੋ ਗਈ ਹੈ ਪੇਮੈਂਟ ਕਹਿੰਦੀ ਇਧਰ ਸਿਸਟਮ ਬੰਦ ਹੋ ਗਿਆ ਕਈ ਹਾਲ ਤੁਹਾਡਾ ਨਹੀਂ ਕਸੂਰ ਮੈਂ ਮੇਰੀ ਕਿਸਮਤ ਹੀ ਮੈਸੇਜ ਨਹੀਂ ਆਉਂਦਾ ਪਹਿਲਾਂ ਤੇ ਉਹ ਹੁਣ ਮੈਸੇਜ ਆ ਗਿਆ ਉਹ ਕਹਿੰਦੇ ਵੀ ਤੁਸੀਂ ਜਾ ਸਕਦੇ ਜੇ ਸੀਟਾਂ ਤੁਹਾਡੀਆਂ ਜਿਹੜੀਆਂ ਉਹਨਾਂ ਦਾ ਵੀ ਨੰਬਰ ਦੇ ਦਿੱਤਾ ਉਹਨਾਂ ਨੇ 20 15 16 17 ਅੱਜ ਬਹੁਤ ਜ਼ਿਆਦਾ ਖੁਸ਼ ਹੈ ਪਨੀਰ ਪਸੰਦ ਪਨੀਰ ਵਾਲਾ ਕਰਾ ਲਿਆ ਉਹਨੂੰ ਪਤਾ ਮੈਂ ਜ਼ਿਆਦਾ ਖਾਊਂਗੀ ਹਨਾ ਪਨੀਰ ਹੁਣ ਪਨੀਰ ਕਹਿਣ ਦਾ ਪਿਆ ਵੈਸੇ ਹਨਾ ਫਿਲਮ ਅਜੇ ਸ਼ੁਰੂ ਨਹੀਂ ਹੋਈ ਤਾਂ ਉਹਨੂੰ ਭੁੱਖ ਵੀ ਲੱਗ ਗਈ ਸੈਂਡਵਿਚ ਲੈ ਆਈ ਹੁਣ ਆਪਣਾ ਆਨੰਦ ਅਜੇ ਫਿਲਮ ਤਾਂ ਸ਼ੁਰੂ ਨਹੀਂ ਹੋਈ ਤਾਂ ਭੁੱਖ ਵੀ ਲੱਗ ਗਈ ਆਨੰਦ ਹੁਣ ਖਾਊਗਾ ਸੈਂਡਵਿਚ ਹਨਾ ਪਹੁੰਚ ਗਏ ਆਪਾਂ ਅੰਦਰ ਥੀਏਟਰ ਦੇ ਇਹ ਲਈ ਸਾਹਮਣੇ ਸਕਰੀਨ ਇਹ ਰਿਹਾ ਨਾ ਤੇ ਨਾਲ ਸੈਂਡਵਿਚ ਚੱਲ ਆ ਜਾਓ ਦੇਖਦੇ ਆਪਾਂ ਜਾ ਕੇ ਸੀਟਾਂ ਵੇਖਦੇ ਨਾਲੇ ਕਿੱਥੇ ਕਿੱਥੇ ਓ ਖਾਲੀ ਹੈ ਨਾ ਸਾਰਾ ਹੀ ਇੱਥੇ ਬਹਿਣਾ ਇੱਥੇ ਬਹਿ ਜਾਓ ਭੁੱਖ ਲੱਗੀ ਮਾਟੂ ਹੈ
ਤੇ ਜਦੋਂ ਕੋਈ ਜਵਾਕ ਪਹਿਲੀ ਕਿਨਕਾਰੀ ਮਾਰਦਾ ਮੈਂ ਕਿੱਥੇ ਮਰ ਗਿਆ, ਆਪਣੇ ਜਗਦੇਵ ਦੇ ਮੁੰਡਾ ਹੋ ਗਿਆ ਮੇਰੀ ਮਨ ਲੈ ਨਾ ਪਾਪਾ। Monte Carlo. Where is the banyan for you? Big entire. ਦੇਸ਼ ਬੜਾ ਹੋ ਗਿਆ। ਅਸੀਂ ਪੌਪਕੋਰਨ ਖਾਣੇ ਆ, ਕੋਕ ਪੀਣੀ ਆ, ਪੂਰਾ ਮਤਲਬ ਮਜ਼ਾ ਕਰਨਾ ਹੈ। ਹੈ ਫਨ ਕਰਨ ਆਇਆ ਆਨੰਦ ਆ ਪੂਰਾ ਪੂਰਾ ਪੂਰਾ। ਵੇਖਿਆ ਆਨੰਦ ਮੂਵੀ ਕਿੱਦਾਂ ਦੀ ਲੱਗੀ? ਤੂੰ ਤਾਂ ਰੋਣ ਦਿਆ ਪਿਆ। ਸਹੀ ਗੱਲ ਹੈ। ਥੋੜੀ ਬਹੁਤੀ ਸ਼ੋਪਿੰਗ ਕਰਨੀ ਕਰਨੀ ਆ, ਪਤਾ ਨਹੀਂ ਕੀ ਕਰਨਾ। ਅੱਛਾ ਮੰਮਾ ਨੇ ਕਰਨੀ ਅੱਜ? ਦੋਵਾਂ ਨੇ ਜੀ। ਮੰਮਾ ਨੇ ਆਉਂਦੇ ਟੌਪ ਲੈਣ ਮੈਚਿੰਗ। ਚਲੋ ਆ ਜਾਓ ਵੀ ਅੱਧੇ ਮਨ ਜਾ ਕੇ। ਅਨਹਦ ਅਨਹਦ ਉਦੋਂ ਨੂੰ ਸ਼ੋਪਿੰਗ ਕਰਕੇ ਗਈ ਮੈਕਸ ਵਾਲਿਆਂ ਦੇ, ਇਹਨੂੰ ਬਹੁਤ ਸੋਹਣੇ ਕੱਪੜੇ ਲੱਗੇ, ਅੱਜ ਫਿਰ ਆਇਆ ਦੁਬਾਰਾ ਕਰਨ। ਹੈਂ ਭਾਵੇਂ ਇੰਨਾ ਸੋਹਣੀ ਤਰ੍ਹਾਂ ਗੰਦੀ ਇਹ ਸਾਰਾ ਕੁਝ ਇਹ ਮੈਡਮ ਨੇ ਲਿਆ। ਖੁਸ਼ ਹੋਣ, ਹੋਰ ਕੁਛ ਰਹਿ ਗਿਆ ਤਾਂ ਵੀ ਲੈ ਲਾ। ਖਾ ਕੀ ਮਿਲਿਆ ਤੁਹਾਨੂੰ? ਸ਼ੋਪਿੰਗ ਕੀਤੀ ਤਾਂ? ਅੱਛਾ ਓਕੇ। ਤੁਹਾਨੂੰ ਕੁਛ ਨਹੀਂ ਹੁਣ ਪਸੰਦ ਆਉਂਦਿਆ, ਚਲੀਏ ਹੁਣ। ਅਨਹਦ ਲੈਣ ਦੇ ਆ ਉਹਨੂੰ, ਕੀ ਇਹਨੂੰ ਬੋਲਦੇ ਆ, ਨੈਕ ਦੇ ਰੈਸਟ ਵਾਸਤੇ। ਇਹ ਦੋਵੇਂ ਮਾਵਾਂ ਤੇ ਜਾਂਦੀਆਂ ਸਿਲੈਕਟ ਕਰਨ, ਘੋ ਦਹੀਂ ਪਾ ਪਾ ਕੇ ਵੇਖਣ। ਮੈਂ ਖਲੋਤਾ ਬਾਹਰ ਵੇਟ ਕਰਨ ਡਿਆ, ਮੈਂ ਕਿਹਾ ਵੇਖ ਕੇ ਲੈ ਹੀ ਆਉਣ, ਪਰ ਨਾ ਪਸੰਦ ਨਹੀਂ ਆਉਣ ਡਿਆ ਛੇਤੀ ਕੀਤਾ ਕੁਛ। ਅਨਹਦ ਵੇਖ ਆਇਆ ਮੂਵੀ ਹੁਣ। ਅਨਹਦ ਹੁਣ ਇਸ ਵੇਲੇ ਹੋ ਗਏ ਰਸ਼ ਹਨਾ ਜ਼ਿਆਦਾ, ਸਵੇਰੇ ਘੱਟ ਸੀਗਾ ਤਾਂ ਹੁਣ ਬਹੁਤ ਜ਼ਿਆਦਾ ਰਸ਼ ਹੋਇਆ ਸੀ, ਗੱਡੀਆਂ ਕਿੰਨੀਆਂ ਲੱਗ ਗਈਆਂ। ਬੜਾ ਮੇਰ ਆ ਗਿਆ ਆਨੰਦ, ਕਹਿੰਦੀ ਛਤੜੀ ਲੈ ਲਓ ਮੰਮਾ, ਮੀਂਹ ਆ ਜਾਣਾ ਆਨੰਦ, ਤੈਨੂੰ ਭਵਿੱਖ ਬਾਣੀ ਹੋ ਗਈ ਆਨੰਦ ਨੂੰ ਪਹਿਲੇ ਲੱਗਦਾ। ਕਹਿੰਦੀ ਛਤੜੀ ਲੈ ਲਓ, ਮੀਂਹ ਪੈ ਜਾਣਾ ਜੇ। ਸੱਚੀ ਬੜਾ ਮੇਰ ਆ ਗਿਆ ਜੇ, ਉਹ ਕੀ ਬਣਦਾ ਤੁਹਾਨੂੰ ਵਿਚਾਰੇ ਮੋਟਰਸਾਈਕਲ ਵਾਲੇ। ਵਾਹਿਗੁਰੂ ਵਾਹਿਗੁਰੂ, ਕਾਂਡ ਕਿੰਨੀ ਉੱਡਣ ਡਈ ਹੋਇਆ ਹੋਇਆ ਹੋਇਆ, ਇਹ ਕਾਂਡੇ ਰੋਡ ਬਣ ਰਿਹਾ, ਮਿੱਟੀ ਵੀ ਬੜੀ ਉੱਡੀ ਸੀ, ਹੁਣ ਬੜੀ ਜ਼ੋਰ ਦੀ ਰੋੜਾ ਵੱਜਿਆ ਗੱਡੀ ਤੇ ਮੈਂ ਡਰ ਗਈ। ਮੈਨੂੰ ਲੱਗਦਾ ਹਾਰਨ ਸੁਣ ਕੇ ਵੀਰ ਜੀ ਨੇ ਗੇਟ ਖੋਲ ਦਿੱਤਾ ਹੋਣਾ। ਜੇ ਖਲੋਊਗਾ ਪੂਰਾ ਹਵਾ ਨਾਲ ਫੇਰੀ ਖੋਲ ਲਿਆ, ਵੇਖਿਆ ਹਾਰਨ ਦਾ ਪਤਾ ਲੱਗ ਜਾਂਦਾ ਉਸ ਵੇਲੇ।
ਗੱਡੀ ਭਰਾ ਬਾਹਰ ਕੱਢ ਦੇ ਬ੍ਰਾਂਡ ਸਾਡੇ ਆਉਂਦਿਆਂ ਵੀਰ ਜੀ ਤੁਸੀਂ ਹਨੇਰੀਆਂ ਲਿਆਉਂਦੇ ਸਾਡੇ ਆਉਂਦਿਆਂ ਤੁਸੀਂ ਹਨੇਰੀਆਂ ਲਿਆਉਂਦੀਆਂ ਜੀ ਵਾਹ ਵਾਹ ਬੱਲੇ ਬੱਲੇ ਆਉਂਦੇ ਵੇਖਿਆ ਅਸੀਂ ਠੰਡਾ ਮੌਸਮ ਕਰਕੇ ਆਏ ਹਾਂ ਆਨੰਦ ਕਹਿੰਦੀ ਛਤੜੀ ਲੈ ਜੇ ਮੀਂਹ ਆਉਣਾ ਪਹਿਲੋਂ ਕਹਿੰਦੀ ਸੀ ਇਹਨੂੰ ਪਹਿਲੋਂ ਪਤਾ ਸੀ ਹੈਲੋ ਕਿਆ ਹਾਲ ਹੈ ਅਸੀਂ ਆ ਗਏ ਠੀਕ ਹੋ ਗਿਆ ਅਸੀਂ ਆ ਗਏ ਤਾਂ ਠੀਕ ਹੋ ਗਿਆ ਏਸੀ ਲੱਗਾ ਹੁੰਦਾ ਤਾਂ ਅੰਦਰ ਕਿੰਨੀ ਗਰਮੀ ਅੰਦਰ ਕਿੰਨੀ ਗਰਮੀ ਬਾਹਰ ਕਿੰਨਾ ਨਜ਼ਾਰਾ ਠੰਡੀ ਠੰਡੀ ਹਵਾ ਅਨੂ ਤੇ ਅੱਜ ਬਹੁਤ ਹੀ ਖੁਸ਼ ਹੈ ਯਾਰ ਤੇ ਪਾਪਾ ਦੀ ਫਿਲਮ ਆਈ ਸ਼ਿੰਦਾ ਸ਼ਿੰਦਾ ਪਾਪਾ ਦੀ ਜਵਾਨੀ ਦੀ ਫਿਲਮ ਕਹਿੰਦੇ ਇਹਨਾਂ ਦਾ ਆਪਾਂ ਪਰਛਾਵਿਆਂ ਤੋਂ ਬੜਾ ਡਰਦੇ ਨੇ ਮੇਰੀ ਫੇਵਰਿਟ ਸਮੈਲ ਆ ਜਾ ਅਨੰਦ ਮੀਂਹ ਆ ਗਿਆ ਸਮੈਲ ਕਿੰਨੀ ਸੋਹਣੀ ਆਉਣੀ ਮਿੱਟੀ ਦੀ ਹਨਾ ਅਨੰਦ ਮਿੱਟੀ ਦੀ ਸਮੈਲ ਕਿੰਨੀ ਸੋਹਣੀ ਆਉਣੀ ਜੋਨ ਸ਼ਾਲ ਨਾ ਇੱਥੇ ਆ ਭਾਵੇਂ ਫਰਸ਼ ਵੀ ਹੈ ਨਾ ਫਿਰ ਵੀ ਐ ਸਮੈਲ ਕਿੱਡੀ ਪਿਆਰੀ ਆਉਣੀ ਮਿੱਟੀ ਦੀ ਸਾਰੇ ਜਣੇ ਕਮੈਂਟ ਕਰਕੇ ਦੱਸੋ ਕਿੰਨੂੰ ਕਿੰਨੂੰ ਸਮੈਲ ਜਿਹੜੀ ਆ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਫਸਟ ਨੰਬਰ ਤੇ ਮੈਂ ਫਸਟ ਤੋਂ ਸੈਕਿੰਡ ਮੈਂ ਬਾਕੀ ਹੁਣ ਤੁਸੀਂ ਵੀ ਅੱਗੇ ਦੱਸਿਓ ਕਿੰਨੂੰ ਕਿੰਨੂੰ ਜ਼ਿਆਦਾ ਵਧੀਆ ਲੱਗਦੀ ਸ਼ੁਕਰ ਹੈ ਕਦੇ ਮੌਸਮ ਠੰਡਾ ਆਇਆ ਟੈਂਪਰੇਚਰ ਥੋੜ੍ਹਾ ਜਿਹਾ ਘਟੂਗਾ ਤੂੰ ਵੀ ਫਸਟ ਟਾਈਮ ਤੈਨੂੰ ਵਧੀਆ ਲੱਗਦੀ ਸਮੈਲ ਅਨੰਦ ਹੁਣ ਆ ਗਿਆ ਤੇ ਸ਼ਾਪਿੰਗ ਅਨੰਦ ਨੇ ਕਰ ਲਈ ਆ ਜਦੋਂ ਜਾਂਦੀ ਉਦੋਂ ਕੋਈ ਨਾ ਕੋਈ ਇਹਨੇ ਕੁਝ ਲੈ ਕੇ ਹੀ ਆਉਣਾ ਅੱਜ ਤੇ ਐਵੇਂ ਧੱਕੇ ਨਾਲ ਸ਼ਾਪਿੰਗ ਕੀਤੀ ਖਾਲੀ ਵੀ ਆਇਆ ਕਰ ਉਹਨਾਂ ਦਾ ਕਦੀ ਬਿਲਕੁਲ ਨਹੀਂ ਅੱਜ ਛੁੱਟੀਆਂ ਤੇਰੀਆਂ ਮਹਿੰਗੀਆਂ ਪਈਆਂ ਵਧੀ ਸ਼ਾਪਿੰਗ ਵਧੋ ਵਧੀ ਕੀਤੀ ਸ਼ਾਪਿੰਗ ਹੋ ਕੇ ਵਧੋ ਵਧੀ ਮੈਂ ਟਾਈਟਲ ਲਿਖ ਦਿਓ ਅਨੰਦ ਨੇ ਸ਼ਾਪਿੰਗ ਕੀਤੀ ਵਧੋ ਵਧੀ ਹਾਂ ਚੱਲ ਠੀਕ ਹੈ ਇਹੋ ਕਹਾਂਗੇ ਚੱਲ ਦਿਖਾ ਦੇ ਕੀ ਸ਼ਾਪਿੰਗ ਕਰ ਲਿਆ ਹਾਂ ਮੈਂ ਟੀ-ਸ਼ਰਟ ਲਿਆਂਦੀ ਆ ਵਧੋ ਵਧੀ ਨਹੀਂ ਨੰਬਰ ਤੋਂ ਪਤਾ ਲੱਗ ਜਾ ਕਰਨਾ ਮੈਂ ਨਾ ਗਰਮੀ ਬੜੀ ਸੀ ਮੈਂ ਨੋਟ ਕੀਤਾ ਸੀ ਵੀ ਉਹ ਦੂਜੇ ਬੜੇ ਸੜਦੇ ਆ ਹੱਥ ਤੇ ਮੈਂ ਕਿਹਾ ਵੀ ਕਿਉਂ ਨਾ ਆਪਾਂ ਗਲਵਜ਼ ਹੀ ਲੈ ਜਾਈਏ ਯਾਰ ਆਪਣੇ ਪਾਉਣ ਲਈ ਸ਼ਰਟ ਦੇ ਬਾਹਾਂ ਤੇ ਆਪਾਂ ਪਾਈਆਂ ਹੁੰਦੀਆਂ ਉਹਦੇ ਉੱਤੇ ਸ਼ਰਟ ਤਾਂ ਪੂਰੀ ਬਾਂਹ ਦੀ ਪਾ ਹੀ ਲਈ ਦੀ ਹੱਥ ਬੜੇ ਸੜਦੇ ਵਧੀਆ ਚੀਜ਼ ਹੈ ਹਨਾ ਵਧੀਆ ਨਾ
ਵੈ ਹੈ ਤੇ ਦੂਜੇ ਗਾਰਡਨਿੰਗ ਵਾਲੇ ਆ ਪਰ ਮੈਂ ਕਿਹਾ ਚਲੋ ਹਾਂ ਮੇਰੀ ਫੇਵਰਿਟ ਚੀਜ਼ ਸ਼ੌਪਿੰਗ ਚ ਵੈਰੀ ਗੁੱਡ ਕਿੰਨੀ ਸੋਹਣੀ ਨਾ ਸੋਹਣੀ ਹੈ ਆ ਬੇਬੀ ਵਾਲੀ ਨਾ ਸੋਹਣੀ ਲੱਗਦੀ ਮੈਨੂੰ ਸੋਹਣੀ ਹੋ ਵਧੀਆ ਸਾਨੂੰ ਤਾਂ ਫੇਰ ਕਰਾਇਆ ਸ਼ੌਪਿੰਗ ਤੇ ਹੁਣ ਮਿਲਦੇ ਆਂ ਗਰਮੀਆਂ ਹੁਣ ਗਰਮੀਆਂ ਕੋਈ ਕੱਪੜਾ ਨਹੀਂ ਲੈਣਾ ਸਾਰੀਆਂ ਗਰਮੀਆਂ ਚ ਸ਼ੌਪਿੰਗ ਹੋ ਗਈ ਬਹੁਤ ਜ਼ਿਆਦਾ ਜੀ ਆ ਠੀਕ ਹੈ ਨਹੀਂ ਲੈਂਦੇ ਹਾਂ ਤੇ ਗਾਇਸ ਗਾਇਸ ਮੇਰੇ ਗਲਵਸ ਕਿਦਾਂ ਲੱਗੇ ਦੱਸੋ ਹੋ ਗਿਆ ਥੋੜੀ ਸਕਿੰਨੀ ਸੋਹਣਾ ਹੈ ਨਾ ਮੈਂ ਵੀ ਪਾ ਕੇ ਰੱਖੂਗੀ ਚਲ ਆ ਪੈਰ ਨਹੀਂ ਗਾ ਹੱਥ ਆ ਹੁਣ ਮਿਲਦੇ ਆਂ ਹੀ ਦੂਸਰੇ ਵਲੌਗ ਦੇ ਵਿੱਚ ਇਹ ਵੀਡੀਓ ਕਰਦੇ ਆਪਾਂ ਇੱਥੇ ਹੀ ਐਂਡ ਤੇ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਹੁਣ ਆਪਾਂ ਵਲੌਗ ਨੂੰ ਕਰਦੇ ਐਂਡ ਤੇ ਮੇਰੇ ਕੱਪੜੇ ਬੜੇ ਸੋਹਣੇ ਲੱਗੇ ਮੈਨੂੰ ਖੁਦ ਨੂੰ ਨਹੀਂ ਬਦੋ ਬਦੀ ਜੀ ਲਾਏ ਬਦੋ ਬਦੀ ਇੱਥੇ ਆਪਾਂ ਕਰ ਦਈਏ ਹੁਣ ਵੀਡੀਓ ਦਾ ਐਂਡ ਆਪਣੀ ਦਾ ਫਿਰ ਮਿਲਦੇ ਤੁਹਾਨੂੰ ਆਪਾਂ ਨਵੀਂ ਵੀਡੀਓ ਨਵੇਂ ਵਲੌਗ ਦੇ ਵਿੱਚ ਬਾਏ ਬਾਏ ਸਤਿ ਸ਼੍ਰੀ ਅਕਾਲ ਟੇਕ ਕੇਅਰ ਧੰਨਵਾਦ